ਹਸਪਤਾਲ 'ਚ ਬੈੱਡਾਂ ਦੇ ਉੱਪਰ ਜ਼ਖਮੀ ਹੋਏ ਲੋਕ ਇੱਕੋ ਪਰਿਵਾਰ ਦੇ ਨੇ ਜੋ ਮੋਗਾ ਦੇ ਰਹਿਣ ਵਾਲੇ ਨੇ। ਇਸ ਪੀੜਤ ਪਰਿਵਾਰ ਵੱਲੋਂ ਆਪਣੇ ਗੁਆਂਢੀਆਂ ਦੇ ਉੱਪਰ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਨੇ। ਪੀੜਤ ਪਰਿਵਾਰ ਦਾ ਕਹਿਣਾ ਕਿ ਗੁਆਂਢੀਆਂ ਦਾ ਪਿੱਟਬੁੱਲ ਕੁੱਤਾ ਬੀਤੀ ਰਾਤ ਉਹਨਾਂ ਦੇ ਘਰ ਅੰਦਰ ਦਾਖਲ ਹੋ ਗਿਆ ਅਤੇ ਉਹਨਾਂ ਦੇ ਕਮਰੇ 'ਚ ਅੰਦਰ ਪਈ ਛੋਟੀ ਬੱਚੀ ਦੇ ਬੈੱਡ ਕੋਲ ਜਾ ਚੜਿਆ ਅਤੇ ਉਸ ਦੀ ਚਾਦਰ ਨੂੰ ਖਿੱਚਣ ਲੱਗਿਆ, ਜਿਸ ਤੋਂ ਬਾਅਦ ਉਸ ਕੁੱਤੇ ਨੂੰ ਮਸਾਂ ਘਰ 'ਚੋਂ ਬਾਹਰ ਭਜਾਇਆ ਗਿਆ। ਇਸ ਦੇ ਨਾਲ ਹੀ ਪਰਿਵਾਰ ਮੈਂਬਰਾਂ ਦਾ ਕਹਿਣਾ ਕਿ ਜਦੋਂ ਇਸ ਦੀ ਸ਼ਿਕਾਇਤ ਕਰਨ ਉਹ ਗੁਆਂਢੀਆਂ ਦੇ ਘਰ ਗਏ ਤਾਂ ਉਹਨਾਂ ਸਾਡੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਤੇਜ਼ ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਨਛੱਤਰ ਸਿੰਘ ਟੀਚਰ ਕਲੋਨੀ, ਕੀ ਅੱਜ ਤੁਹਾਡੇ ਸੱਟਾਂ ਹੋਈਆਂ ਨੇ, ਕੀ ਮਾਮਲਾ ਕੀ ਹੈ? ਇਹ ਸਰ ਜੀ, ਆਪਣੇ ਗੁਆਂਢੀਆਂ ਦੇ ਨਾ ਪੈਟ ਬੁੱਲ ਕੁੱਤਾ ਰੱਖਿਆ ਵਾ, ਜਿਹਦੇ ਵਿੱਚ ਸਰ ਅਸੀਂ ਨਾ ਅੱਜ ਤੋਂ 15-20 ਦਿਨ ਪਹਿਲਾਂ ਉਹਨਾਂ ਨੂੰ ਮੁਹੱਲੇ ਵਾਲਿਆਂ ਨੇ 4-5 ਜਣੇ ਰਲ ਕੇ ਕਿਹਾ ਵੀ ਸੀ, ਮੁਹੱਲੇ ਦੇ ਪ੍ਰਧਾਨ ਰਲ ਕੇ, ਕਿ ਵੀ ਇਹ ਕੁੱਤਾ ਤੁਹਾਡਾ ਗਲਤ ਰੱਖਿਆ, ਵੀ ਸਾਡੇ ਬੱਚੇ ਛੋਟੇ ਆ, ਅਤੇ ਜਦਕਿ ਇੱਕ ਬੱਚੇ ਨੂੰ ਉਹਨੇ ਪਕੜ ਵੀ ਲਿਆ ਸੀਗਾ ਥੋੜ੍ਹੇ ਦਿਨ ਪਹਿਲਾਂ। ਉਹ ਚਲੋ ਨਹੀਂ, ਉਸ ਗੱਲ 'ਤੇ ਕੁਛ ਨਹੀਂ ਉਹਨਾਂ ਨੇ ਹੱਲ ਕੀਤਾ ਜੀ। ਚਲੋ ਉਸ ਤੋਂ ਬਾਅਦ ਕਿ ਰਾਤੀ ਫਿਰ ਕੁੱਤਾ ਸਾਡੇ ਘਰ ਦੇ ਅੰਦਰ ਆ ਗਿਆ, ਮੇਰੀ ਬੇਟੀ ਅੰਦਰ ਸੁੱਤੀ ਪਈ ਸੀਗੀ, ਉਹਦੇ ਮੰਜੇ ਦੇ ਬਿਲਕੁਲ ਉੱਪਰ ਆ ਕੇ ਖੜ੍ਹ ਗਈ। ਕਿੱਦਾਂ ਵੀ ਕਰਕੇ ਮੇਰੀ ਵਾਈਫ ਨੇ ਯਾਨੀ ਕਿ ਉਹਨੂੰ ਕੱਢ ਲਿਆਈ ਉਹਦੇ ਕੁੱਤੇ ਥੱਲੋਂ। ਜਦ ਅਸੀਂ ਵਾਪਸ ਮੈਂ ਅਤੇ ਮੇਰੀ ਮੰਮੀ ਉਹਨਾਂ ਨੂੰ ਕਹਿਣ ਗਏ, ਠੀਕ ਹੈ, ਉਹ ਸੀਗੇ ਘੱਟ ਤੋਂ ਘੱਟ ਮੇਰੇ ਸਾਹਮਣੇ 7-8 ਜਣੇ ਸੀਗੇ ਜੀ, ਠੀਕ ਹੈ, 4 ਤਾਂ ਉਹ ਆਪ ਪਿਆ ਪੋਤਾ, ਠੀਕ ਹੈ। ਉਹਨਾਂ ਨੇ ਉਸ ਤੋਂ ਬਾਅਦ ਪਹਿਲਾਂ ਤਾਂ ਜਿਹੜਾ ਮੇਰੇ ਮੂਹਰੇ ਖੜ੍ਹਾ ਸੀ ਮੈਨੂੰ ਗਾਲਾਂ ਕੱਢਣ ਲੱਗ ਗਿਆ ਜੀ, ਜਦੋਂ ਸਾਡੀ ਬਹਿਸਬਾਜ਼ੀ ਹੋ ਗਈ। ਉਸ ਤੋਂ ਬਾਅਦ ਮੇਰੇ ਪਿੱਛੇ ਸਿਰ ਦੇ ਵਿੱਚ ਰਾੜਾਂ ਲੋਹੇ ਦੀ ਪਟਾਸ ਜੀ ਸੀਗੀ, ਪਾਈਪ ਬਹੁਤ ਜ਼ਿਆਦਾ ਮਾਰੀਆਂ ਜੀ, ਜਿਹਦੇ ਹੈੱਟ ਹੱਥ 'ਚ ਆਈ, ਹੈੱਟ ਮਾਰਨ ਲੱਗ ਗਿਆ, ਜਿਹਦੇ ਉਹ ਸੀਗੀ ਰੋਡ ਹੱਥ 'ਚ ਰੋਡ ਮਾਰਨ ਲੱਗ ਗਿਆ ਜੀ। ਜਦ ਉਹ 4 ਜਣੇ ਤਾਂ ਆਪ ਪਿਓ ਪੁੱਤ ਆ ਜੀ, ਠੀਕ ਹੈ, ਹੋਰ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਸੀਗੇ, ਉਹਨਾਂ ਨੂੰ ਆਪਾਂ ਜਾਣਦੇ ਨਹੀਂ ਜੀ। ਤੁਸੀਂ ਕਿੰਨੇ ਜਣੇ ਜ਼ਖਮੀ ਹੋ? ਮੈਂ, ਮੇਰੀ ਮਦਰ ਅਤੇ ਮੇਰੇ ਫਾਦਰ। ਇਹ ਲੜਾਈ ਜਿਹੜੀ ਹੈ ਕੁੱਤੇ ਨੂੰ ਲੈ ਕੇ? ਜੀ, ਕੁੱਤੇ ਨੂੰ ਲੈ ਕੇ ਹੋਈ ਸਰ, ਪੈਟ ਬੋਲ ਕੁੱਤਾ ਰੱਖਿਆ ਸੀ ਸਰ। ਇਹ ਪਹਿਲਾਂ ਕਿਸੇ ਨੂੰ ਵੱਢਿਆ ਕੁੱਤੇ ਨੇ? ਹਾਂਜੀ ਹਾਂਜੀ ਸਰ, ਆਹ ਮੇਰੇ ਨਾਲ ਹੀ ਖੜ੍ਹੇ ਆ ਮੇਰੇ ਯਾਰ ਮਿੱਤਰ ਹੀ ਆ ਜੀ, ਇਹਨਾਂ ਦੇ ਬੱਚੇ ਨੂੰ ਫੜ ਲਿਆ ਸੀਗਾ ਉਹਨਾਂ ਦੇ ਕੁੱਤੇ ਨੂੰ, ਉਸੇ ਦਿਨ ਹੀ ਇਹ ਮੁੱਦਾ ਉੱਠਿਆ ਸੀਗਾ। ਪਰਿਵਾਰ ਨੂੰ ਸ਼ਿਕਾਇਤ ਕਰੀ ਸੀ ਵੀ ਇਹਨੂੰ ਨਾ ਰੱਖੋ? ਹਾਂਜੀ, ਕੀ ਕਰੀ ਸੀ ਸਰ? ਜਮਾਂ ਮੰਨੇ ਨਹੀਂ ਗਏ ਜੀ? ਨਹੀਂ ਨਹੀਂ ਮੰਨੇ। ਹੁਣ ਤੁਸੀਂ ਕੀ ਚਾਹੁੰਦੇ? ਕੀ ਸਰ? ਮੈਂ ਇਹੀ ਚਾਹੁੰਦਾ, ਮੈਨੂੰ ਇਨਸਾਫ ਚਾਹੀਦਾ ਵਾ। ਦੇਖੋ ਮੇਰੀ ਹਰ ਇੱਕ ਚੀਜ਼ ਫ੍ਰੈਕਚਰ ਆ, ਠੀਕ ਹੈ, ਮੈਂ ਤਾਂ ਸਰਕਾਰ ਤੋਂ ਇਨਸਾਫ ਚਾਹੁੰਦਾ ਜੀ। ਅਤੇ ਮੇਰੇ ਹਸਬੈਂਡ ਜਾ ਕੇ ਗਲੀ 'ਚ ਜਾ ਕੇ ਉਹਨਾਂ ਨੂੰ ਕਹਿਣ ਲੱਗ ਪਏ ਵੀ ਤੁਸੀਂ ਆਪਣਾ ਕੁੱਤਾ ਲੈ ਜਾਓ, ਵੀ ਅਸੀਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਵੀ ਤੁਸੀਂ ਖੁੱਲ੍ਹਾ ਨਾ ਛੱਡੋ। ਉਹਨਾਂ ਨੇ ਫਿਰ ਵੀ ਸਾਡੀ ਗੱਲ ਮੰਨੀ ਨਹੀਂ ਹੈਗੀ ਆ। ਮੇਰੀ ਫਰੈਂਡ ਆ, ਉਹਨੂੰ ਵੀ ਪਹਿਲਾਂ ਇਹੀ ਪ੍ਰੋਬਲਮ ਆਈ ਸੀਗੀ, ਉਹਨਾਂ ਨੇ ਵੀ ਉਹਨਾਂ ਨੂੰ ਸ਼ਿਕਾਇਤ ਕੀਤੀ ਸੀਗੀ ਵੀ ਤੁਸੀਂ ਆਪਦੇ ਕੁੱਤੇ ਨੂੰ ਨਾ ਖੁੱਲ੍ਹਾ ਛੱਡੋ ਵੀ ਇਹ ਖਤਰਨਾਕ ਆ। ਕੁੱਤਾ ਕਿਹੜਾ? ਉਹ ਹੈਗਾ ਪਿੱਟਬੁੱਲ ਜੀ ਕੁੱਤਾ, ਤੇ ਖਤਰਾ ਹੁੰਦੇ ਤੋਂ ਬਹੁਤ ਜ਼ਿਆਦਾ ਖਤਰਾ ਵਾ ਜੀ ਸਾਨੂੰ ਉਹਦੇ ਤੋਂ। ਹਾਂਜੀ, ਪਹਿਲਾਂ ਵੀ 2 ਜਣੇ ਨੂੰ ਵੱਢਿਆ ਵਾ, 1 ਨੂੰ ਵੀ ਨਹੀਂ, 2 ਨੂੰ ਵੱਢਿਆ ਵਾ। ਹੁਣ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਕਰੀ? ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਸਰ, ਅਸੀਂ ਕੱਲ੍ਹ ਦੀ ਸ਼ਿਕਾਇਤ ਕਰੀ ਜਾਂਦੇ ਹਾਂ, ਬਟ ਸਾਡੀ ਕੋਈ ਕਾਰਵਾਈ ਨਹੀਂ ਹੁੰਦੀ ਪਈ ਆ। ਪੀੜਤ ਪਰਿਵਾਰ ਦੀ ਹਾਲਤ ਹਸਪਤਾਲ 'ਚ ਸਹੀ ਦੱਸੀ ਜਾ ਰਹੀ ਹੈ ਅਤੇ ਇੱਥੇ ਇਹ ਵੀ ਸੁਣਨ ਨੂੰ ਆਇਆ ਕਿ ਪੁਲਿਸ ਵੱਲੋਂ ਇਸ ਮਾਮਲੇ ਬਾਰੇ ਅਜੇ ਕੁਝ ਵੀ ਬੋਲਣ ਨੂੰ ਮਨਾ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਬਾਰੇ ਅਜੇ ਦੂਜੇ ਧਿਰ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ। ਜਦੋਂ ਹੀ ਦੂਜੀ ਧਿਰ ਦਾ ਕੋਈ ਪੱਖ ਸਾਹਮਣੇ ਆਉਂਦਾ ਹੈ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕਰਾਂਗੇ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।